20,000 फसे हुए स्टूडेंट उन्होंने किस हाल च ने किवें जड़ा उन्हां चो अज पहली डैथ जी है एक सीनियर स्टूडेंट जड़ा कि बाकी जड़े फसे हुए बंकर च बैठे बेसमेंट च उन्होंने लिए फूड लैन गया से गोलाबारी का शिकार होया और उसकी डैथ हुई है। इंडियन स्टूडेंट्स नूं किवें यूक्रेनियन भी कुट रहे हैं पोलैंड के बॉर्डर से पहुँचद भी कुट पै रही है और उन्होंने उत्ते हमले हो रहे हैं। कई ने अपने इंडियन पासपोर्ट लुका ले ने वो बाकी स्टूडेंट्स रल के एस्केप कर रहे हैं। जो हूँ मंग भी लोकल तो करते हैं वो अपनी इंडियन आइडेंटिटी हाइड करते हैं क्योंकि लोग जड़े ने गुस्से च ने कि यूनाइटेड नेशन सिक्योरिटी कौंसल दे विच जड़ा इंडिया ने क्यों रूस के खिलाफ वोट नहीं की। लायकी का लेवल की है और किवें जड़े दावे किए जा रहे हैं। दो मीटिंग्स कैबिनेट दी मोदी ने सद के कि जी हम एवैक्यूएशन जड़ा कर दिता है असी चार मिनिस्टर अपॉइंट कर दते ने उन्होंने एडवाइजरी दे रहे हैं कि जी तुसी जड़ा जो मिलता है बस मिलती है ट्रेन मिलती है लैके आ जाओ बॉर्डर ते सामांगे। जड़ा बंदा निकल ही आया उतों वो तो उत्थे 10 दिन बैठा रहे 20 दिन जहाज लाते हैं जी असी 318 बंदे आ रहे हैं तुहाडे कोल एयरफोर्स रखी हुई है तुसी तुहाडे क्यों नहीं तुसी राउंड द क्लॉक जड़ियां ने वो फ्लाइट्स चलाई हैं। ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤ ਦੇ 20,000 ਤੋਂ ਜ਼ਿਆਦਾ ਸਟੂਡੈਂਟਸ ਜੰਗ ਸ਼ੁਰੂ ਹੋਣ ਤੋਂ ਪਹਿਲਾਂ ਯੂਕਰੇਨ ਵਿੱਚ ਮੌਜੂਦ ਸਨ। ਭਾਰਤੀ ਹਕੂਮਤ ਦੀ ਲਾਪਰਵਾਹੀ ਦਾ ਸਿੱਟਾ ਕਿ ਹਜ਼ਾਰਾਂ ਵਿਦਿਆਰਥੀ ਅਜੇ ਵੀ ਬੜੀ ਮੰਦਹਾਲੀ ਵਿੱਚ ਯੂਕਰੇਨ ਵਿੱਚ ਫਸੇ ਹੋਏ ਹਨ। ਖਬਰਾਂ ਹਨ ਕਿ ਭਾਰਤੀ ਵਿਦਿਆਰਥੀਆਂ ਤੇ ਯੂਕਰੇਨੀਅਨ ਲੋਕਾਂ ਅਤੇ ਪੁਲਿਸ ਵੱਲੋਂ ਹਮਲੇ ਕੀਤੇ ਜਾ ਰਹੇ ਹਨ। ਇਸ ਦਾ ਕਾਰਨ ਭਾਰਤ ਵੱਲੋਂ ਯੂਨਾਈਟਿਡ ਨੇਸ਼ਨਜ਼ ਵਿੱਚ ਰੂਸ ਦੇ ਖਿਲਾਫ ਵੋਟ ਨਾ ਪਾਉਣਾ ਦੱਸਿਆ ਜਾ ਰਿਹਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨੇ ਆ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਕਹਾਣੀ ਤੋਂ ਮੈਂ ਗੱਲ ਸ਼ੁਰੂ ਕਰਾਂ ਕਿ ਵੀ ਅਕਸਰ ਇਹ ਕਹਾਣੀ ਕਈ ਪਾਸੇ ਹੀ ਸੁਣਾਈ ਜਾਂਦੀ ਹੈ ਪਰ ਜਿਹੜੀ ਸਿਚੁਏਸ਼ਨ 20,000 ਤੋਂ ਜ਼ਿਆਦਾ ਭਾਰਤੀ ਵਿਦਿਆਰਥੀ ਜਿਹੜੇ ਯੂਕਰੇਨ ਦੇ ਵਿੱਚ ਫਸੇ ਹੁਣ ਲਗਭਗ ਇੱਕ ਹਫ਼ਤਾ ਫੁੱਲ ਸਕੇਲ ਵਾਰ ਨੂੰ ਹੋ ਗਿਆ ਅਤੇ ਜਦੋਂ ਬਾਕੀ ਸਾਰੇ ਮੁਲਕਾਂ ਨੇ ਆਪਣੇ ਸ਼ਹਿਰੀਆਂ ਨੂੰ ਜਿਹੜੇ ਉੱਥੇ ਵਸੇ ਸੀ ਇਨਕਲੂਡਿੰਗ ਸਟੂਡੈਂਟਸ ਐਡਵਾਈਜ਼ਰੀ ਦਿੱਤੀ ਪ੍ਰਬੰਧ ਵੀ ਕੀਤੇ ਕੱਢਣ ਦੇ ਉਹਦੇ 'ਚ ਅਮਰੀਕਾ ਈਵਨ ਪਾਕਿਸਤਾਨ ਦੇ ਸਟੂਡੈਂਟਸ ਵੀ ਔਰ ਦੂਸਰੇ ਵੀ ਜਿਹੜੇ ਨੇ ਉਹ ਟਾਈਮ ਸਿਰ ਜਿਹੜੇ ਨੇ ਉਹ ਉਹਨਾਂ ਨੂੰ ਉਹਨਾਂ ਦੀਆਂ ਹਕੂਮਤਾਂ ਨੇ ਕੱਢੇ ਅਤੇ ਇੱਥੇ ਸਾਡੇ ਮੋਦੀ ਜੀ ਜਿਨ੍ਹਾਂ ਨੂੰ ਮੋਦੀ ਹੈ ਤੋਂ ਮੁਮਕਿਨ ਹੈ ਦੇ ਨਾਲ ਜਿਸ ਦਾ ਦਿਮਾਗ ਜਿਹੜਾ ਉਹ 7ਵੇਂ ਅਸਮਾਨ 'ਤੇ ਚੜ੍ਹਾਇਆ ਹੋਇਆ ਔਰ ਕਿਉਂਕਿ ਹਰ ਥਾਂ ਉਹਨਾਂ ਨੂੰ ਇਹ ਲੱਗਦਾ ਸੀ ਕਿ ਵੀ ਝੂਠ ਵਿਕਦਾ ਭਾਰਤ ਦੇ ਵਿੱਚ ਜੇ 40-45 ਲੱਖ ਲੋਕ ਕੋਵਿਡ ਦੇ ਦੌਰਾਨ ਮਾਰੇ ਗਏ ਅਤੇ ਬਜਾਏ ਕਿ ਕੋਈ ਕਿਤੇ ਗੈਰਤਮੰਦ ਲੋਕ ਹੁੰਦੇ ਤਾਂ ਇਸ ਕਿਸਮ ਦੇ ਬੰਦੇ ਸਣੇ ਹਕੂਮਤ ਦੇ ਟ੍ਰਾਇਲ ਕਰਕੇ ਫਾਇਲ ਆਇਆ ਹੁੰਦਾ ਇਹਨਾਂ ਨੂੰ ਕਿ ਤੁਸੀਂ ਜਿਹੜੀ ਹੈ ਲਾਪਰਵਾਹੀ ਦੇ ਨਾਲ ਔਰ ਕੋਈ ਅਰੇਂਜਮੈਂਟ ਨਹੀਂ ਪਰ ਇਸ ਦੇ ਉਲਟ ਉਹ ਜਾ ਕੇ ਉਸ ਗੁੰਡੇ ਆਦਿੱਤਿਆ ਨਾਥ ਯੋਗੀ ਦੀ ਪਿੱਠ ਠੋਕਦਾ ਬਨਾਰਸ ਖਲੋ ਕੇ ਕਿ ਦੇਖੋ ਯੋਗੀ ਜੀ ਨੇ ਕੈਸੇ ਕੋਵਿਡ ਕੇ ਸਾਥ ਉਹਨੇ ਨਿਪਟਾ ਉਹਨੂੰ ਉਹ ਟਰੋਫੀ ਦੇ ਰਿਹਾ ਕਿ ਵੀ ਤੂੰ ਜਿਹੜਾ ਉਹ ਬਹੁਤ ਵਧੀਆ ਹੈਂਡਲ ਕੀਤਾ। ਸੋ ਉੱਥੇ ਵਿਖਦਾ ਰਿਹਾ ਕਿਉਂਕਿ ਖਬਰਾਂ ਤਾਂ ਵੈਸੇ ਹੀ ਉਹ ਸਾਰਾ ਉਹਨਾਂ ਨੇ ਕੰਟਰੋਲ ਕੀਤਾ ਹੋਇਆ ਮੇਨ ਸਟ੍ਰੀਮ 'ਤੇ ਬਾਕੀ ਆਈ ਟੀ ਸੈਕਟਰ ਵਾਲੇ ਜਿਹੜੇ ਨੇ ਉਹਨਾਂ ਨੂੰ ਉਹ ਟ੍ਰੋਲਰ ਵੀ ਉੱਥੇ ਰੱਖੇ ਹੋਏ ਨੇ ਔਰ ਮਿਸ ਇਨਫੋਰਮੇਸ਼ਨ ਦੇ ਲਈ ਵੀ ਔਰ ਜਿਵੇਂ ਅਮਿਤ ਸ਼ਾਹ ਨੇ ਕਿਹਾ ਸੀ ਕਿ ਹਮਨੇ ਤੋਂ ਕਈ ਕਈ ਲੱਖ ਕੇ ਉਹ ਵਟਸਐਪ ਗਰੁੱਪ ਬਣਾਏ ਹੋਏ ਹੈ ਔਰ ਸੁਬਹਾ ਨਾਸ਼ਤੇ ਸੇ ਪਹਿਲੇ ਖਬਰ ਠੀਕ ਹੋਈ ਜਾਂ ਗਲਤ ਉਨ ਤੱਕ ਹਮ ਪਹੁੰਚਾ ਦਿੱਤੇ ਹਾਂ ਉੱਥੇ ਤਾਂ ਉਹਨਾਂ ਦਾ ਚੱਲ ਰਿਹਾ ਸੀ। ਹੁਣ ਜਦੋਂ ਇਹ ਸਾਰੀ ਸਿਚੁਏਸ਼ਨ ਸਾਹਮਣੇ ਆਈ 20,000 ਫਸੇ ਹੋਏ ਸਟੂਡੈਂਟ ਉਹਨਾਂ ਦੀ ਉਹ ਕਿਸ ਹਾਲ 'ਚ ਨੇ ਕਿਵੇਂ ਜਿਹੜਾ ਉਹਨਾਂ 'ਚੋਂ ਅੱਜ ਪਹਿਲੀ ਡੈਥ ਜਿਹੜੀ ਹੈ ਇੱਕ ਸੀਨੀਅਰ ਸਟੂਡੈਂਟ ਜਿਹੜਾ ਕਿ ਬਾਕੀ ਜਿਹੜੇ ਫਸੇ ਹੋਏ ਬੰਕਰ 'ਚ ਬੈਠੇ ਬੇਸਮੈਂਟ 'ਚ ਉਹਨਾਂ ਦੇ ਲਈ ਫੂਡ ਲੈਣ ਗਿਆ ਸੀ ਉਹ ਗੋਲਾਬਾਰੀ ਦਾ ਸ਼ਿਕਾਰ ਹੋਇਆ ਔਰ ਉਹਦੀ ਡੈਥ ਹੋਈ ਹੈ। ਹੁਣ ਅੱਜ ਸਾਰੇ ਚੀਕਾਂ ਪੈ ਰਹੀਆਂ ਨੇ ਪਿਛਲੇ 24 ਘੰਟੇ 'ਚ ਤੁਸੀਂ ਦੇਖੋਗੇ ਸਾਰੇ TV ਚੈਨਲ ਔਰ ਉਹ ਕਰਨਾਟਕਾ ਦਾ ਸਟੂਡੈਂਟ ਸੀ ਉਹਨਾਂ ਦੇ ਪੇਰੈਂਟਸ ਔਰ ਅੱਜ ਹੁਣ ਤਾਂ ਇੰਨੇ ਕੁ ਇੰਟਰਵਿਊ ਸਾਰੇ ਸੋਸ਼ਲ ਮੀਡੀਆ 'ਤੇ ਨਹੀਂ ਇਕੱਲੇ ਜਿਹੜੇ ਦੂਸਰੇ NDTV ਜਾਂ ਦੂਸਰੇ ਜਿਹੜੇ ਥੋੜ੍ਹਾ ਬਹੁਤ ਸਰਕਾਰ ਦੇ ਖਿਲਾਫ਼ ਵੀ ਗੱਲ ਕਰ ਲੈਂਦੇ ਨੇ ਜਾਂ ਐਟਲੀਸਟ ਫੈਕਟ ਦਿਖਾਉਣ ਦੀ ਕੋਸ਼ਿਸ਼ ਕਰਦੇ ਨੇ ਉਸ ਤੋਂ ਸਮਝ ਆ ਰਿਹਾ ਕਿ ਵੀ ਨਲਾਇਕੀ ਦਾ ਲੈਵਲ ਕੀ ਹੈ ਔਰ ਕਿਵੇਂ ਜਿਹੜੇ ਦਾਅਵੇ ਕੀਤੇ ਜਾ ਰਹੇ ਨੇ। ਦੋ ਮੀਟਿੰਗਸ ਕੈਬਨਿਟ ਦੀਆਂ ਮੋਦੀ ਨੇ ਸੱਦ ਕੇ ਕਿ ਜੀ ਹਮ
एवैक्यूएशन जिहड़ा कर दिता है, असी चार मिनिस्टर अपॉइंट कर दिते ने, वह चारों चार देशों के मिनिस्टर भी उन्होंने वड्डे जी, हरदीप पुरी है, ये किरण रिजिजू है, ये सिंधी है, कि इन्हों असी जिहड़ा अपॉइंट कर दिता है कि भी ये जाके इन मुल्कों के जिहड़ा वीके सिंह है जनरल, और ये मेलोडोवा, स्लोवाकिया, हंगरी और पोलैंड, तो उतों वो जड़े ने उन्हां दी सेफ एवैकुएशन कराणगे। हुण देखण वाली गल ये है भी यूक्रेन एक वड्डा मुल्क है जिहड़ा एक पासे कैपिटल तो भी जिहड़ा कीव तो 5-6 घंटे लगते हैं, जिहड़ा भी बॉर्डर नेड़े लगता है, एक 1500 किलोमीटर जा के ईस्ट दे विच शहर है जिथे जिहड़े ने 5000 दे करीब इंडियन स्टूडेंट ने, उन्हां नूं एडवाइजरी दे रहे हैं कि जी तुसीं जिहड़ा जो मिलता है, बस मिलती है, ट्रेन मिलती है, लैके आ जाओ बॉर्डर ते सांभांगे। हुण ये जिहड़े मिनिस्टर भी बिठाए ने, ये मेलोडोवा, स्लोवाकिया, हंगरी और पोलैंड, जिहड़ा बंदा निकल ही आया उत्थों वह तो उत्थे 10 दिन बैठा रहे, 20 दिन जहाज लाते ने जी, असी 318 बंदे आ रहे हैं, वो तुहाडे कोल एयरफोर्स रखी हुई है, तुसीं तुहाडे क्यों नहीं तुसीं राउंड द क्लॉक जिहड़ियां ने वह फ्लाइट्स चलाईआं। पहला जिहड़ा तुहाडा होना चाहिए सी कि भी उन्हां नूं उत्थों यूक्रेन चों कढो रशिया दे नाल, रशिया तुहाडा जिहदे तुसीं हक दे विच खलोते हो न्यूट्रल रह के, और उहदे राहीं यूक्रेन दे विच जिहड़ा जिन्हां दीआं यूनिवर्सिटीआं च स्टूडेंट पढ़दे ने उहनां दा भी इंट्रस्ट है कि कल नूं, अज तां जंग है, कल नूं खत्म हो जाएगा, वह अपना रैपूटेशन तां नहीं खराब करना चाहुंदे। जे 20,000 स्टूडेंट कल्ले इंडिया दे ने, किन्ना रेवन्यू जनरेट हो रहा मुल्क दा, अज आस्ट्रेलिया, कैनेडा वर्गे मुल्कां दी जिहड़ी फॉरन एक्सचेंज है उहदा एक वड्डा हिस्सा एजुकेशन लई है स्टूडेंट आंदे। लेकिन जो तुसीं झूठ ही बोलना है, कोई बिल्कुल सुती रही है मिनिस्ट्री, हुण उह चले भी गए ने मिनिस्टर, तो इन्हां दा हाल जिहड़ी कहानी उही है कि भी वह जिहड़ा जंगल दे जानवरां ने इकट्ठे हो के शेर तो खफा सी, खौफ भी सी, उन्होंने कहा जी रल के, उन्होंने बंदर नूं कहा जी असी हुण, पहलां उन्होंने मंग कीती कि जी असी वोटां राहीं तुहानूं बणाउंदे आ अपना लीडर, हुण तूं जंगल दा राज है, उन्हूं बनाता गिदड़ भी बन गया कि भी ठीक है ना बंदर, वो अगले दिन शेर लै गया चुक के एक जानवर नूं, उहदी खुराक है जिहड़ी उन्हें पूरी करनी है अपनी ढिड दी भुख, शौक लई नहीं मारदा। हुण वह गिदड़ जिहड़ा बंदर है वह चढ़िया होया दरख्त दे उत्ते, जानवर इकट्ठे हो के थले जा के पुकार कर रहे हैं कि जी राजा जी, राजा जी शेर लै गया साढ़े एक नूं, वो उन्हें एक छाल मारी, दूजे दरख्त पर चला गया, वो उधर जा के लो रहे हैं। सारा दिन बीत गया, उन्होंने कहा कि भाई बंदर साहब, राजा साहब, साडा तुसी कुछ कर नहीं रहे। कहिंदा देखो मैं दौड़ धूपता कर रहा है ना, बाकी तो हुण मैं ही कर सकदा, होर मैं की कर सकदा। हुण ये जिहड़ा मोदी एंड कंपनी जो तुसी प्रभाव दिओ, देखो रशिया यूक्रेन क्राइसिस, मिनिस्ट्री ऑफ एक्सटर्नल अफेयर रीडबल्स एवैकुएशन एफर्ट, कि जी रीडबल, वो पहला तुसी की सी 350 मुसाफिर कढ़े, हुण तुसी 700 कढ़ ले होणगे। और नाल दी नाल ये कि भाई ये जिहड़ा है इंडियन एम्बैसी जिहड़ी है वो बहुत काम कर रही है। हुण जिहड़ियां खबरां मैं उन्हां दे मीडिया चों ही कढ़ रहा, इस तों पहलां कि मैं गल करां कि इंडिया दे वोटिंग पैटर्न दे थले जो UN दे विच जनरल असैम्बली च भी और उस तों पहलां सिक्योरिटी कौंसल च एबस्टेन रह के वोट ना पा के कीता, उहदा नतीजा कि इंडियन स्टूडेंट्स नूं किवें यूक्रेनियन भी कुट रहे हैं, पोलैंड के बॉर्डर से पहुँचदियां भी कुट पै रही है, और उन्हां दे उत्ते हमले हो रहे हैं, कई ने अपने इंडियन पासपोर्ट लुका ले ने, वो बाकी स्टूडेंट्स च रल के एस्केप कर रहे हैं, अपने आप नूं इंडियन नहीं कहना चाहते। पर इस सारे चों जिहड़ा उन्हां दीआं जे तुसीं देखो भी पेरेंट्स का की कहना है, वो इंडियन एम्बैसी डिड नॉट रीच आउट टू स्टूडेंट्स स्ट्रक इन खारकीव एलेजिज फादर ऑफ कर्नाटका बॉय किल्ड इन शैलिंग। और ये पूरी खबर है कि जिहड़ा स्टूडेंट कर्नाटका दा मारिया गया, मेडिसिन दा स्टूडेंट सी, और उहदे पेरेंट्स ने कहा कि भाई बिल्कुल इंडियन एम्बैसी ने और किसी ने कोई स्टूडेंट्स नूं रीच आउट नहीं किया। उसका नाँ जिहड़ा नवीन शेखरप्पा जिहड़ा स्टूडेंट मरिया, वो जिहड़ा फ्रॉम द डिस्ट्रिक्ट ज्ञान गौदर उहदा डिस्ट्रिक्ट, वॉज किल्ड वैन ही स्टेप्ड आउट ऑफ हिज बंकर टू एक्सचेंज करंसी एंड फैच सम फूड, हिज अंकल क्लेम्ड। हुण वो सारी पूरी डिटेल है, उन्होंने कहा जी बिल्कुल किसी ने ना उत्थे बच्चों का, और जिहड़े बच्चे कई 35-35 मील तुर के पहुँचे ने 4-4 दिन तो भुखे,
और उन्होंने वो जो हाल बद हाली है और ये पेरेंट्स ऑफ स्टूडेंट्स स्टक इन यूक्रेन स्लैम इंडियन गवर्नमेंट फॉर लैक्स अप्रोच हूँ सारे पेरेंट्स ईवन पंजाब भी मानसा अमृतसर वो मावं बेचारियाँ रो रही कि भी बच्चे साढ़े ने हकूमत जी है वो एवें बयानबाजी बंदर वाग ही है छाला मार रहे हैं जी असी दौड़ धूप कर रहे हैं एमिड द माउंटिंग टेंशन डिस्ट्रेस्ड पेरेंट्स हूज चिल्ड्रन आर स्टैंडर्ड मेनली इन खारकीव एंड कीव टूडे क्रिटिसाइज इंडियन गवर्नमेंट फॉर इट्स लैक डेसिकल अप्रोच इन एवैकुएटिंग स्टूडेंट्स फ्रॉम यूक्रेन और अगे पूरी डिटेल है मेरे को वक्त नहीं है कि मैं सारी खबर पढ़ा पर हूँ इंडियन स्टूडेंट्स के हवाले नाल ही कि इन्हों के वोटिंग पैटर्न के थले किवें स्टूडेंट्स सफ़र कर रहे हैं पोस्ट यू एन वोट फोर्स टू हाइड अवर आइडेंटिटी इंडियन स्टूडेंट्स इन यूक्रेन ये उन्होंने स्टूडेंट ही कह रहे हैं हंड्रड्स ऑफ इंडियन स्टूडेंट्स स्टडिंग एट वेरियस यूनिवर्सिटीज़ इन कीव हु आर स्टैंडर्ड इन एबसेंस ऑफ एनी मोड ऑफ ट्रांसपोर्टेशन टू एवैकुएट दैम आउट ऑफ कैपिटल सिटी आर नाउ बियरिंग द ब्रंट ऑफ कंट्रीज मूव to abstain on UN Security Council resolution condemning Russia's aggression against Ukraine. ਉਹ ਪਹਿਲਾਂ ਹੀ ਵਿਚਾਰੇ ਫਸੇ ਹੋਏ ਨੇ ਖਾਣ ਪੀਣ ਨੂੰ ਕੁਛ ਨਹੀਂ ਕੋਈ ਟਰਾਂਸਪੋਰਟੇਸ਼ਨ ਨਹੀਂ ਨਿਕਲਣ ਦਾ ਹੁਣ ਐਡੀਸ਼ਨਲ ਲੋਕਾਂ ਨੂੰ ਲੱਗਿਆ ਵੀ ਇਹ ਜਿਸ ਮੁਲਕ ਦੇ ਨੇ ਉਹਨਾਂ ਨੇ ਤਾਂ ਸਾਡੇ ਖਿਲਾਫ ਵੋਟ ਉਹਨਾਂ ਨੇ ਤਾਂ ਰਸ਼ੀਆ ਨੂੰ ਕੰਡੈਮ ਹੀ ਨਹੀਂ ਕੀਤਾ ਟਾਕਿੰਗ ਟੂ ਟ੍ਰਿਬਿਊਨ ਜੋਤੀ ਰਾਣੀ ਹੂਜ਼ 17 ਈਅਰਸ ਓਲਡ ਡਾਟਰ ਸਮਈਆ ਇਜ਼ ਸਟੈਂਡਿੰਗ ਇਨ ਕੀਵ ਸੈਡ ਮਾਈ ਡਾਟਰ ਵਾਜ਼ ਹੈਸਲਡ Indian students are not showing their passports and are forced to hide their identity while seeking help from locals as they are apparently peeved over the country's UNSC stance. ਕਿ ਉਹ ਜਦੋਂ ਹੁਣ ਮੰਗ ਵੀ ਲੋਕਲ ਤੋਂ ਕਰਦੇ ਨੇ ਉਹ ਆਪਣੀ ਇੰਡੀਅਨ ਆਈਡੈਂਟੀ ਹਾਈਡ ਕਰਦੇ ਨੇ ਕਿਉਂਕਿ ਲੋਕ ਜਿਹੜੇ ਨੇ ਗੁੱਸੇ 'ਚ ਨੇ ਕਿ ਯੂਨਾਈਟਿਡ ਨੇਸ਼ਨ ਸਿਕਿਉਰਿਟੀ ਕੌਂਸਲ ਦੇ ਵਿੱਚ ਜਿਹੜਾ ਇੰਡੀਆ ਨੇ ਕਿਉਂ ਰੂਸ ਦੇ ਖਿਲਾਫ ਵੋਟ ਨਹੀਂ ਕੀਤੀ ਫਿਰ ਇਸੇ ਤਰ੍ਹਾਂ Indian students stranded in Ukraine face racial abuse. 700 stuck in hostels in sub-zero temperature. ਹੁਣ ਯੂਕਰੇਨ ਇੱਕ ਠੰਡਾ ਮੁਲਕ ਹੈ ਬਿਲੋ ਜ਼ੀਰੋ ਸਬ ਜ਼ੀਰੋ ਟੈਂਪਰੇਚਰ ਹੈ ਔਰ ਉਹਦੇ 'ਚ ਇਹ ਹੈ ਕਿ ਟਾਕਿੰਗ ਟੂ ਟ੍ਰਿਬਿਊਨ ਓਵਰ ਫੋਨ ਮੀਨੂ ਕੌਰ ਆਫ ਰੱਲਾ ਵਿਲੇਜ ਇਨ ਮਾਨਸਾ ਹੂਈ ਸਟੱਕ ਇਨ ਖਾਰਕੀਵ ਸੈਡ ਦਾ ਸਿਚੁਏਸ਼ਨ ਇਜ਼ ਗ੍ਰਿਮ ਐਜ ਅਰਾਊਂਡ 700 ਇੰਡੀਅਨ ਸਟੂਡੈਂਟਸ ਆਰ ਸਟੱਕ ਇਨ ਹੋਸਟਲ ਬੇਸਮੈਂਟਸ and Indian embassy is not at all providing any help at all hun enu tusi bandar jangal da raja bana deoge te fir ohi hoega jo hun ho reha when we contact them they just ask us to reach borders via train or buses ke bhai jadon assi unna nu contact karde ho kehnde ji tusi pahunch jao border te pahunch jao oh kehnde ne some students try to go but they were manhandled and were not allowed to board the train ke je kuch gaya vi unna di kutmar hui aur unna nu jaan nahi ditta gaya so hun is sare ch ik gal badi clear hai ehi nahi ke eh modi di hukumat chin to juttiyan khadiyan june 2020 ch hazaran square kilometer territory jehdi hai oh gawai covid de chaldeyan 40 45 lakh apne shehri marwaye totally collapse jivein ਜਦੋਂ ਸਡਨ ਲੋਕਡਾਊਨ ਐਲਾਨਿਆ ਗਿਆ ਕਿਵੇਂ ਲੋਕ ਲੱਖਾਂ ਲੋਕ ਜਿਹੜੇ ਨੇ ਮਜ਼ਦੂਰ ਵਿਚਾਰੇ ਉਹ ਸੜਕਾਂ ਦੇ ਉੱਤੇ ਰੁਲੇ ਔਰ ਹੁਣ ਅਸੀਂ ਇਹ ਦੇਖਦੇ ਹਾਂ ਕਿ ਇਸ ਕ੍ਰਾਈਸਿਸ 'ਚ ਜਿੱਥੇ ਕਿ ਬਹੁਤ ਈਜ਼ੀਲੀ ਜੇ ਬਾਕੀ ਮੁਲਕਾਂ ਨੇ ਐਡਵਾਈਜ਼ਰੀ ਦੇ ਕੇ ਅਰੇਂਜਮੈਂਟ ਕਰਕੇ ਆਪਣੇ ਲੋਕਾਂ ਨੂੰ ਕੱਢਿਆ ਔਰ ਇਹ ਮੋਦੀ ਔਰ ਉਹਦੇ ਚਮਚੇ ਜਿਹੜੇ ਨੇ ਉਹ ਬਜਾਏ ਕਿ ਉਹਨਾਂ ਦੀ ਐਵੈਕੂਏਸ਼ਨ ਦਾ ਪ੍ਰਬੰਧ ਕਰਦੇ वो ये कह रहे थे कि वहाँ पढ़ने क्यों गए हैं भारत में क्यों नहीं पढ़ते अब ठीक है अपना नबेड़ो और जड़ी पहला बैच कढ़ना चाहिए इंडियन एयरलाइन ने जो उन्होंने किराया जड़ा 50,000 है तो उन्होंने 2-2 लाख किराया मंगया वो तुहाड़े शहरी ने लुटेरे हो बाणी हो भी कुछ तो शर्म करो तो जे पेरेंट्स का या दूसरों का जोर पिया तो फिर जी करतूत हूँ कर रहे हैं मिनिस्टर चार गए ने ਉਹ ਉੱਥੇ ਬਾਰਡਰਾਂ 'ਤੇ ਬਹਿ ਗਏ ਨੇ ਜਾ ਕੇ ਉਹ ਭਾਈ ਯੂਕਰੇਨ 'ਚੋਂ ਕੱਢੋ ਜਿਹੜਾ ਬਾਰਡਰ 'ਤੇ ਆ ਗਿਆ ਉਹਨੂੰ ਤਾਂ ਪੋਲੈਂਡ 'ਤੇ ਤਾਂ ਨਹੀਂ ਅਟੈਕ ਕੀਤਾ ਹੋਇਆ ਰਸ਼ੀਆ ਨੇ ਜਾਂ ਫੋਰ ਦੈਟ ਰੀਜ਼ਨ ਕੋਈ ਸਲੋਵੈਨੀਆ 'ਤੇ ਅਟੈਕ ਨਹੀਂ ਕੀਤਾ ਹੈ ਜਾਂ ਹੰਗਰੀ 'ਤੇ ਨਹੀਂ ਕੀਤਾ ਹੈ ਜਿਹੜੇ ਜਦੋਂ ਬਾਰਡਰ ਤੋਂ ਨਿਕਲ ਹੀ ਆਏ ਫਿਰ ਤਾਂ ਉਹ ਸੇਫ ਹੀ ਨੇ ਫਿਰ ਤਾਂ ਤੁਸੀਂ ਭਾਵੇਂ ਉਹਨਾਂ ਨੂੰ 3 ਮਹੀਨੇ ਬਾਅਦ ਕੱਢੋ ਲੇਕਿਨ ਇਹ ਆਪਣੇ ਆਪ 'ਚ ਸ਼ੋਅ ਕਰਦਾ ਹੈ ਕਿ ਭਾਈ ਜਿੱਥੇ
ਬਾਂਦਰਾਂ ਦੇ ਹੱਥ ਬਨਾਰਸ ਦੀਆਂ ਟੋਪੀਆਂ ਆ ਜਾਂਦੀਆਂ ਨੇ ਤੇ ਫਿਰ ਬਾਂਦਰ ਉਹਨਾਂ ਦਾ ਕੀ ਕਰਦੇ ਨੇ ਉਹ ਦਿੱਲੀ ਵੱਲ ਦੇਖ ਲਓ ਇਹ ਮੋਦੀ ਅਮਿਤ ਸ਼ਾਹ ਦੀ ਜੋੜੀ ਕਿਵੇਂ ਆਪਣੇ ਔਰ ਬੱਚਿਆਂ ਦੇ ਨਾਲ ਜੋ ਹੋ ਰਿਹਾ ਉਹ ਬਿਆਨ ਨਹੀਂ ਕੀਤਾ ਜਾ ਸਕਦਾ ਕਿ ਭਾਈ ਉਹ ਤਾਂ ਬਹੁਤ ਬੁਰੇ ਹਾਲ 'ਚ ਨੇ ਇਸ ਵੇਲੇ ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਥ ਲੈਣੇ ਬ੍ਰੇਕ ਵਿਊਅਰਸ ਤੁਸੀਂ ਸਾਨੂੰ ਇਸੇ ਤਰ੍ਹਾਂ ਹੀ ਬਣੇ ਰਹਿਣਾ ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।